निकल पड़ा हूँ घर से, शायद जिसकी तलाश है वही साथी है वही मंजिल है। जैसा नाम है इनका टाइगर वैसा इनका काम है। आपने इनका डांस नहीं देखा सर, बहुत जबरदस्त डांस करते हैं। इन दिव्यांग कैटेगरी ही इज अ रिनॉन्ड डांसर एंड अ वेरी वेल ट्रेन्ड डांसर। के लिए शिवा राजू को, शिवा राजू जी इंसान को जुनून ते जज्बा होवे ता इंसान कुछ भी कर गुजरदा है। इसे तरह मेहनत ते लगन दे नाल जद इंसान काम करदा है ते कामयाबी आप चल के उस तक आउंदी है। जदों असीं कुछ भी काम करदे आ नवां ते बहुत सारियां औकड़ां भी आउंदियां ने ते उन्हां औकड़ां नूं जदों असीं हस के झल लैंदे आ तां उह औकड़ां भी छोटियां लगन लग जांदियां ने। ते इसे तरह दी परसनैलिटी आ टाइगर। ਵਿਰਸਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਪ੍ਰੀਤ ਕੌਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹਰ ਵਾਰ ਮੈਂ ਕਿਸੇ ਨਾ ਕਿਸੇ ਨਾਲ ਕੰਮ ਮਿਲਵਾਉਂਦੀ ਹਾਂ ਜਿਸ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਤੇ ਉਹਨਾਂ ਬਾਰੇ ਵੀ ਜਾਣਦੇ ਹਾਂ ਅਸੀਂ ਕਿ ਉਹਨਾਂ ਨੇ ਕਿੰਨਾ ਸਟਰਗਲ ਕੀਤਾ ਤੇ ਕਿੰਨੀ ਉਹਨਾਂ ਨੇ ਸਕਸੈਸ ਪਾਈ ਆ। ਤੇ ਇਸੇ ਤਰ੍ਹਾਂ ਅੱਜ ਮੇਰੇ ਨਾਲ ਜਿਹੜੇ ਨੇ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀ ਸਟਰਗਲ ਕੀਤੀ, ਤਾਂ ਹੀ ਤਾਂ ਕਹਿੰਦੇ ਹੁੰਦੇ ਟੀਵੀ ਅੱਗੇ ਆ ਕੇ ਜੋ ਤਸਵੀਰ ਮੁਸਕਰਾਉਂਦੀ ਆ ਪਤਾ ਨਹੀਂ ਉਹ ਕਿੰਨੀਆਂ ਮੁਸ਼ਕਿਲਾਂ ਚੋਂ ਲੰਘ ਕੇ ਆਉਂਦੀ ਆ। ਤੁਹਾਡਾ ਮੈਂ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਅੱਜ ਸਾਰਿਆਂ ਦੀ ਟਾਈਗਰ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਵਧੀਆ ਮੈਮ, ਤੁਸੀਂ ਦੱਸੋ ਠੀਕ ਹੋ? ਹਾਂਜੀ ਬਸ ਵਧੀਆ ਠੀਕ ਠਾਕ। ਦੇਖੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੀ ਜਿਹੜੀ ਜਰਨੀ ਆ ਇਹ, ਕਿਉਂਕਿ ਬਹੁਤ ਉਤਾਰ ਚੜਾਅ ਆਉਂਦੇ ਸਾਡੀ ਜ਼ਿੰਦਗੀ ਦੇ ਵਿੱਚ, ਹੈ ਨਾ ਜੀ ਮੈਮ? ਤੇ ਇਹ ਉਤਾਰ ਚੜਾਅ ਕਿੰਨੇ ਕੁ ਰਹੇ? ਮੈਮ ਬਹੁਤ ਜ਼ਿਆਦਾ ਰਹੇ। ਮੈਨੂੰ ਇੱਦਾਂ ਲੱਗਦਾ ਕਿ ਬਚਪਨ ਤੋਂ ਲੈ ਕੇ ਜਿਹੜੇ ਮੇਰੇ ਜਿਹੜੇ ਡਿਸੇਬਲ ਪਰਸਨ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨੀ ਤਕਲੀਫਾਂ ਸਹਿਣ ਕਰਦੇ ਆ, ਕਿ ਫੈਮਿਲੀ ਦੀ ਰਿਐਕਸ਼ਨ ਜਾਂ ਉਹਨਾਂ ਦਾ ਮਾਹੌਲ, ਆਸ ਪਾਸ ਦੇ ਲੋਕ ਉਹਨਾਂ ਨੂੰ ਕਿੱਦਾਂ ਦਾ ਦੇਖਦੇ ਆ। ਉਹ ਤਕਲੀਫਾਂ ਮੈਨੂੰ ਪਤਾ ਮੈਂ ਕਿੱਦਾਂ ਵੇਖੀਆਂ ਨੇ ਬਚਪਨ ਤੋਂ ਲੈ ਕੇ, ਅਤੇ ਪਤਾ ਨਹੀਂ ਸੀ ਕੀ ਬਣਾਂਗਾ ਕੀ ਨਹੀਂ ਬਣਾਂਗਾ, ਬਟ ਇੰਨਾ ਕੁਛ ਰਹਿੰਦਾ, ਕੁਛ ਕਰਨ 'ਚ ਹਿੰਮਤ ਰੱਖਦਾ ਸੀ ਮੈਂ ਉਦੋਂ ਵੀ, ਵੀ ਆਪਾਂ ਕੁਛ ਕਰਨਾ, ਕੁਛ ਇਹਦਾ ਬਣਨਾ ਕਿ ਲੋਕ ਨਾ ਮਤਲਬ ਇਸ ਨਜ਼ਰ ਨਾ ਦੇਖ, ਹੀਣ ਭਾਵਨਾ ਨਾ ਦੇਖਣ, ਕਿਉਂਕਿ ਮੈਨੂੰ ਪਤਾ ਕੋਈ ਮੈਨੂੰ ਕਿੱਦਾਂ ਬੋਲਦਾ ਸੀ, ਬਹੁਤ ਮਤਲਬ ਸਮਝੋ ਨਾ ਮੈਨੂੰ ਬਹੁਤ ਹੀ ਉਲਟ ਸ਼ਬਦਾਂ ਨਾਲ ਮੈਨੂੰ ਬੋਲਿਆ ਜਾਂਦਾ ਸੀ, ਜਿਹੜੇ ਸ਼ਬਦ ਮੈਨੂੰ ਬਹੁਤ ਕਹਿੰਦੇ ਨਾ ਖੰਜਰ ਤਰ੍ਹਾਂ ਚੁੱਭਦੇ ਸੀ ਬਹੁਤ ਜ਼ਿਆਦਾ। ਮਤਲਬ ਕਹਿੰਦਾ ਬੰਦਾ ਇੱਕ ਵਾਰੀ ਮਰ ਜਾਂਦਾ, ਪਰ ਉਹ ਮੈਨੂੰ ਰੋਜ਼ ਬਾਰ ਰੋਜ਼ ਖੰਜਰ ਮੈਨੂੰ ਵੱਜਦੇ ਸੀ। ਫਿਰ ਬਸ ਇਹੀ ਸੀ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇੱਕ ਟਾਈਮ ਇੱਦਾਂ ਆਇਆ ਕਿ ਕਹਿੰਦਾ ਨਾ ਕੋਈ ਇਹੋ ਜਿਹਾ ਵਰਡ ਬੋਲ ਦਿੰਦਾ ਹੈ ਕਿ ਉਹਦੀ ਨਾਲ ਲਾਈਫ ਚੇਂਜ ਹੁੰਦੀ ਹੈ। ਕਿਸੇ ਪਰਸਨ ਨੇ ਮੈਨੂੰ ਇਹੋ ਜਿਹਾ ਕੁਛ ਕਹਿਤਾ ਸੀ ਨਾ, ਮੇਰੇ ਦਿਲ 'ਤੇ ਲੱਗ ਗਈ। ਅਤੇ ਮੈਮ ਜ਼ਰੂਰ ਮੈਮ ਜ਼ਰੂਰ ਮੈਂ ਤਾਂ ਥੈਂਕ ਯੂ ਕਹਿੰਦਾ ਕਿ ਤੁਸੀਂ ਮੇਰਾ ਇੰਟਰਵਿਊ ਲਿਆ, ਕਿ ਮੈਂ ਚਾਹੁੰਦਾ ਸੀ ਕਿ ਮੇਰੀ ਜੋ ਦਿਲ ਦੀ ਗੱਲਾਂ ਨੇ ਉਹ ਸਾਹਮਣੇ ਆਉਣ, ਕਿਉਂਕਿ ਲੋਕ ਹੁਣ ਮੈਨੂੰ ਪਿਆਰ ਕਰਦੇ ਆ, ਪਰ ਉਹ ਇਹ ਵੀ ਜਾਣਨ ਇਹ ਬੰਦੇ ਸਟਰਗਲ ਕਿੰਨਾ ਕੀਤਾ। ਹੁਣ ਤਾਂ ਮੇਰਾ ਸਾਰੇ ਸਾਥ ਦੇ ਰਹੇ ਨੇ, ਸਾਥ ਦਿੰਦੇ ਨੇ, ਅਤੇ ਹੁਣ ਮੈਨੂੰ ਸਾਰੇ ਹੀ ਬੁਲਾਉਂਦੇ ਨੇ, ਅਤੇ ਉਹਦੀ ਬੈਕਗਰਾਉਂਡ ਵੀ ਉਹਨੂੰ ਜਾਣਨੀ ਚਾਹੀਦੀ ਹੈ ਕਿ ਮੈਂ ਉਹਨੂੰ ਕਿੰਨੀ ਮੁਸ਼ਕਿਲਾਂ ਤੋਂ ਗੁਜ਼ਰਦਾ ਜਾਂ ਹੁਣ ਗੁਜ਼ਰ ਵੀ ਰਿਹਾ ਮੈਂ ਉਹਨਾਂ ਤੋਂ, ਮੈਂ ਕਿੰਨੀ ਕੁ ਮਤਲਬ ਮੇਰੀ ਪ੍ਰੋਬਲਮ ਕ੍ਰੀਏਟ ਕਰਨੀ ਪੈਂਦੀਆਂ ਨੇ ਰੋਜ਼ ਮੇਰੀ ਲਾਈਫ ਦੇ ਅੰਦਰ। ਅਤੇ ਬਿਲਕੁਲ ਬਿਲਕੁਲ ਮੈਂ ਉਹੀ ਕਹਿੰਦਾ ਕਿ ਨਾ ਜੇ ਸੁੱਖ ਬਿਨਾਂ ਦੁੱਖ ਨਹੀਂ ਅਤੇ ਦੁੱਖ ਬਿਨਾਂ ਸੁੱਖ ਨਹੀਂ, ਇਹ ਦੋਨੇ ਨਾ ਮਤਲਬ ਇੱਕ ਜੋੜੀ ਹੈਗੀ ਹੈ, ਅਤੇ ਸੁੱਖ ਵੀ ਆਉਣਾ ਜ਼ਰੂਰੀ ਹੈ ਅਤੇ ਦੁੱਖ ਵੀ ਆਉਣਾ ਜ਼ਰੂਰੀ ਹੈ। ਹਾਂਜੀ ਹਾਂਜੀ ਕਹਿੰਦਾ ਕਿ ਦੁੱਖ ਇਨਸਾਨ ਨੂੰ ਬਹੁਤ ਮਜ਼ਬੂਤ ਬਣਾ ਦਿੰਦਾ ਹੈ, ਅਤੇ ਮੈਨੂੰ ਮੇਰਾ ਐਕਸਪੀਰੀਅੰਸ ਕਹਿੰਦਾ ਕਹਿੰਦਾ ਜਿਹੜਾ ਸੁੱਖ ਹੁੰਦਾ ਨਾ ਉਹ ਇਨਸਾਨ ਨੂੰ ਕਮਜ਼ੋਰ ਕਰਦਾ, ਇਹ ਮੇਰਾ ਐਕਸਪੀਰੀਅੰਸ ਹੀ ਹੈ, ਕਿਉਂਕਿ ਸੁੱਖ ਦੇ ਵੇਲੇ ਇਨਸਾਨ ਨਾ ਰੱਬ ਨੂੰ ਭੁੱਲ ਜਾਂਦਾ, ਅਤੇ ਆਪਦੇ ਜਿਹੜੇ ਬੀਤੇ ਹੋਏ ਪਲ ਹੁੰਦੇ ਨੇ ਬਹੁਤ ਪੁਰਾਣੇ ਜੇ ਮਤਲਬ ਕਹਿੰਦਾ ਬੈਕਗਰਾਉਂਡ ਹੁੰਦੀ ਹੈ ਨਾ ਉਹਨੂੰ ਭੁੱਲ ਜਾ ਮੈਂ ਕੀ ਕੀਤਾ ਸੀ ਮੈਂ ਕੀ ਸੀ। ਅਤੇ ਮੈਨੂੰ ਲੱਗਦਾ ਕਿ ਨਾ ਦੁੱਖ ਨੂੰ ਨਾ ਜ਼ਿਆਦਾ ਪਿਆਰ ਦੇਣਾ ਚਾਹੀਦਾ, ਜ਼ਿਆਦਾ ਸਾਥ ਦੇਣਾ ਚਾਹੀਦਾ, ਕਿ ਸੁੱਖ ਥੋੜ੍ਹੇ ਦਿਨਾਂ ਦਾ ਹੁੰਦਾ, ਜਿਹੜਾ ਦੁੱਖ ਹੈ ਨਾ ਹਮੇਸ਼ਾ ਨਾਲ ਤੁਰਦਾ ਰਹਿੰਦਾ ਚੱਲਦਾ ਰਹਿੰਦਾ। ਦੇਖੋ ਮੈਂ ਕੋਈ ਟੀਵੀ ਤੇ ਜ਼ਿਆਦਾ ਬਾਹਰ ਮਤਲਬ ਬਹੁਤ ਵੱਡੇ ਪਲੇਟਫਾਰਮ ਤੇ ਨਹੀਂ ਜਾ ਪਾਇਆ,
मैं जो ऑडिशन देने रहता सी ना तो मैं एक ही चीज़ आती मैं बाहर हो जाता सी कहना नहीं चाहिए बाहर की सिलेक्ट होता सी पर मैं एक चीज़ मैं हमेशा कहना कि मैं क्यों नहीं आ रहा लोग आ रहे हैं टीवी पर आ रहे हैं कोई तरह है रब ने मैं कुछ करना है सच्ची कर मैं वो गल में 10 साल हो गए मैं हमेशा ना जो भी मैं आ जाती सी ना घर ऑडिशन दे के दिल्ली दुल्ली होया पापा कहते की बनया सारे याद हाँ की बनया कहता हो गया मेरा ऑडिशन हो गया बस प्लान के तो मैं एक ही चीज़ सोचता सी कुछ तो है जो मैंने डिफरेंट बनाएगा कुछ तो है नहीं आना होना तो मैं तो आ जाता कदों तक कोई ज़्यादा वो नहीं सी मैं भी इन्नी डांस की है प्रैक्टिस की है हार्डवर्क किया है तो 3-3 घंटे तो मैम जो मैं नहीं आया ना तो मैं ना रब ने ना अलग लाइन देती मैंने तो सब तो अलग चलन लग पाया तो मैंने उन्हें कि एक टाइम तो मैंने ना जो फर्स्ट टाइम जजमेंट का ऑफर आया ना मैं बिलीव नहीं कर सकता सी कि जिहड़ा खुद बंदा डांस करता है सीखता ना होर सीखना चाहता होर भी कुछ करना चाहता है उन्हें यकदम नाल जजमेंट का ऑफर मिलेगा कि एक शो करन गया सी मैं डांस तो तुम्हें एक किस्सा दसना जरूर चाहवागा तो मैं कितने ना परफॉर्मेंस की उत्थे दे कुछ लोग आए उन्हें डांस देखा तो मैं बाहर ना चाह पीन जा रहा सी तो मैंने एक सर मिले कि भाई आपका डांस बहुत अच्छा लगा है मैंने कहा थैंक यू सर तो कह रहा भाई हम ना एक प्रोग्राम करा रहे हैं आपको आना है मैं कहा सर मैं जरूर आऊँगा आप बुलाएंगे तो मैं जरूर आऊँगा तो मैम उन्होंने मेरी फोटो फोटो देखिया उन्होंने व्हाट्सएप से भेजा तो उन्होंने देखिया तो उस तो बाद उन्होंने यह लगे कि बंदे चलो कुछ होर है कि बंदा मॉडलिंग करता है परसनैलिटी भी है मैं नहीं कहना चाहता बट उन्होंने लग्या कि बंदे कुछ है मैं नहीं मानता मैं इन्ना ज़्यादा सोना जा कि बस ये तो लोग पसंद करते फिर उस तो बाद मैम उन्होंने मैं जजमेंट का ऑफर किया ना सीरियस दसा मैंने यकीन नहीं आया तो मैं उन्होंने 2 बार पूछा सर तुम मजाक तो नहीं कर रहे सर तुम मजाक तो नहीं कर रहे फिर नहीं भाई आपको हम जजमेंट बुला रहे हैं तो मैं इतने तक भी कहता क्या सर मेरी औकात ही नहीं है कहना मैं ना मच्योर नहीं सी मैं बिली कहें ना कोई एक तुम सपना वेख रहे हो सवेरे पूरा हो जाता एक्साइटमेंट किन्नी कि बढ़ जाएगी वो चीज़ सी मेरे लिए जो मेरे लिए जजमेंट मैं गया से ना वो मेरे लिए बहुत बड़ा शो से तो उत्थे ना शायद निंजा भाजी आई थी लाइव टाइम मैं सैलीब्रिटी डांस दे सी तो उत्थे निंजा भाजी आई थी वो मेरे लिए इन्ना जबरदस्त मूवमेंट से ना मैं सोच नहीं सकता कि वो मैं कार दे विच लेके गए 4-4 बॉडीगार्ड तो मतलब मैं कहते स्टार वाली फीलिंग आ रही थी बहुत ज़्यादा आ रही थी तो मैं घबरा भी रहा भी लोग इन्नी पब्लिक जो मैं स्टेज पर चढ़िया ना सीरियस दसा मैं अंदरों रो रहा सी मैं बहुत ज़्यादा इमोशनल हो रहा भी कितने पहुँचाता बाबा देखो मैम कहना ना बी मैं तुम एक पहले दस कि लोग प्यार करते हैं ना जो बंदा उस शिखर से पहुंच जाता है कामयाब हो जाता है पर उनके पिछे जी प्रॉब्लम्स आदि ने कलाकार कहना ना सामने तो बंदा एंटरटेनमेंट करता है पिछे रोंदा जाके उनका रीजन यही है कि उन्होंने बहुत सारे हादसे होते हैं और मैं तो है ही इमोशनल है मैं बहुत सारे शो के बीच क्या कि आर्टिस्ट के होने ना एक अच्छा इंसान होना बहुत जरूरी है मैं ना बचपन से ही मतलब बहुत तकलीफा तो गुजरिया मैं ना प्यार नहीं मिले बहुत ज़्यादा मिलिया ही नहीं मैं तो कहना ना बी एक जो कहना भी शादी हो जाती है उनका एक हम सफर होता ना तो मेरी भी अरमान है कि जब मेरा लाइफ पार्टनर आऊगा मैं बहुत सारा प्यार करूँगा या मेरा साथ होगा ना कहते हर कामयाब के पिछे एक वाइफ का हाथ होता है ना घरवाली का हाथ होता है बी वो एक कहना लक्ष्मी होती है ना जो घर आ जाती है ना तो ना हर चीज़ की बरसा हो जाती है मैं नहीं कहना पैसा खुशी आ जाती है ना घर च रौनक हो जाती है पर खुशी ना ज़्यादा दिन रही नहीं बस मैं नहीं कहूँगा जो उन्होंने शायद इंटरव्यू देखने भी वो गलत ने मेरा विह हो गया सी ते हाँ जी मैं तुम्हें जरूर दसा तो मेरा विह हो चुका सी ते मैं वही गल कह रहा कि ना जो वक्त है ना वो इंतजाम जरूर लेंदा शायद मेरी और परीक्षा ले रहा
मैंने कहा जिन्होंने मतलब साडा संयोग सी उत्ते खत्म हो गया सी, शायद मेरी जो खुशियां ने ना वो मेरे ख्याल से 4-5 महीने भी नहीं रुकियां मेरे घरे, तो बस वो ज़्यादा दिन नहीं रह पाई। उस तो बाद ना मैं ना बहुत ज़्यादा डिप्रेशन चला गया और रिश्ता मतलब ख़त्म हो गया, साडा डिवोर्स हो गया। शायद 4 साल का बेटा है एक, मेरे एक बेटा भी, हाँ जी वो तुम दस जाने 4 साल का बेटा है, तो उन्हें आपकी मम्मा तो देंगे ने तो कहते हाँ जी हाँ जी। तो मैं बहुत मिस करता, देखो चल अजे तेरे छोटा उन्होंने नहीं पता होगा, बट कि ना मैं तुम दसा कि कोई गलत नहीं है, जो समा होंगे ना वो परीक्षा लगा है। मैं अजय कह रहा सामने वाला गलत नहीं है भाई, शायद मैंने छटा जा साडा च हो नहीं पाया दोनों से, कि एक ना प्यार चिंता की चीज़ है ना, जो करो तो दिलों निभाओ, इस बिच ना किसी छोड़ो ना। मैं सारे लिए कहना कहना जोड़ा अजक जो चल रहा ना व्हाट्सएप वाला प्यार सोशल मीडिया वाला प्यार, ये फेक है रे, ये फेक है, ये कुछ दिन देगा। जो थोड़े फॉलोअर्स बढ़ रहे हैं या कुड़ी है जो मुंडा वो तुम्हें प्यार कर, जिस दिन घट लग घट हो जाए या कोई प्रॉब्लम हो जाती है, बंदा वीडियो बनाना छोड़ देता है, तो उत्थे ही उनका साथ घट हो जाता है, उनका ब्रेकअप हो जाता है। बहुत अच्छे अच्छे मूवमेंट ने, शायद लोगों को पता नहीं, जो मैं वेख के जजमेंट करते हैं ना भी इन की मिले होना नहीं मिलना है, कहता रहता, पर मैं उन्होंने कहा मैंने बहुत कुछ दिता बाबा जी ने, बहुत कुछ दिता है वाहगुरु ने, बहुत कुछ दिता है। कि एक ऐसा मूमेंट से कि मैं सोचता सी कि फ्लाइट होंगी की है, किमें जाइता है, कौन सफ़र कितना होंगे, बट मैं जो फस्ट टाइम फ्लाइट का सफ़र किया ना, मैं मतलब उड़ीसा गया से, उतों ही मैं वो चीज़ मिली भी मैं फ्लाइट जाने का मौका मिले, क्योंकि मेरा दिल्ली शो है सी, ते मैं उड़ीसा है सी, उड़ीसा भी शो कर रहा सी, वो मेरे लिए ना डबल गोल्डन चांस है सी। ऐसा लग रहा है कि स्टार है, एक शो चल रहा है, दूजे शो वास्ते फोन आ गया भी तुम आ जाओ साडा कल हैगा प्रोग्राम। मैं दिल्ली जाना सी, तो मैं आपकी मैम नूं कहा कि मैम इदा तां गल हैगी है भी मेरा शो हैगा, प्लीज़ मैनू जाना बहुत जरूरी है। तो उन्होंने गल सी उस टाइम नोटबंदी हैगी सी उस टाइम पर, हाँ जी ये 2016 की गल है शायद, तो उस टाइम पर मैनू ना मतलब इदा लग रहा शायद मैं जा नहीं पावा जां कोई प्रॉब्लम हो जाएगी, मैनू ऐ लग रहा सी, पर कहिंदा है ना बस वो मेरा लिखा सी, मैं जाना ही सी। वो मेरे लिए मूवमेंट बहुत जबरदस्त हैगा सी, बहुत ज़्यादा, वो मेरे लिए डबल गोल्डन चांस हैगा सी। तो जो फ्लाइट वाला सी वो भी मेरा ड्रीम पूरा होया। उस तो बाद बहुत सारे मतलब इदा के लोग मिलते सी ना, जो मैं कहते कि वो मैं मिलन वास्ते आते, मैं सोच भी नहीं सकता, वो मेरा डांस देखने वास्ते कम से कम 1-2 घंटे पहले आ जाते शो के, तो यार टाइगर डांस करेगा अज उसका डांस देखने जाना। ये मेरे लिए बहुत बड़े गोल्डन चांस है, जो थोड़े सैल्फी ले लेंदा है जो मैं कहना मैं एक ही चीज़ है मेरे ना कोई सैल्फी लेना है जो मेरे लिए, तो वो चीज़ ना तुम होर ज़्यादा स्ट्रोंग कर देना भी सानू भी कोई चाण वाला है। हाँ जी हाँ जी हाँ जी हाँ जी हाँ जी मैम, तो बहुत सारे मूवमेंट अजे रहे ने, वो भी मैं दिल्ली च रहा, मुंबई च गया, मैं मुंबई गया से ना वो किस्सा बहुत जरूरी सी कि मेरी जो बैकग्राउंड है बहुत कमजोर है, बहुत ज़्यादा, मैं बहुत ही मिडिल फैमिली से हाँ, तो पापा मोची का काम करते, मैं प्राउड है मेरे पापा बूट पॉलिश का काम करते, और उन्होंने जी कमाई है ना वो बहुत ही सच्ची कमाई है, उन्होंने कमाई से बहुत बरकत हैगी है, मैं वेख्या जमा के बहुत बरकत है। तो मैं चाहवा कि हर जन्म से ना मैं मेरे मम्मी पापा उ मिलन जे है आई काम कर कोई दिक्कत नहीं, पर मैं आ ही मिलन क्योंकि उन्होंने मैं बहुत सपोर्ट किया है। एक टाइम से मैं सारे छड़ गए, मेरा साथ छड़ गए सारे समय, उन्हें साथ दिता है। जो मैं मुंबई गया से ना, तो मैं कम से कम ना पूरे दिन रोड के उत्ते बैठा रहा, क्योंकि मैं उत्तर रूम नहीं मिल रहा था, कोई मेरी अरेजमेंट नहीं हुई थी रहने वास्ते, पर एक जहाँ कहना ना रब का फरिश्ता यह सी कि उन्होंने मैंने कहा कि टाइगर आपका हो गया रहने का, मेरे गुरु जी ने बहुत ही मतलब उन्होंने बोलों ने मैं बहुत कुछ किया है, उन्होंने मेरे बहुत पिछे बै मतलब कि कहते ना कि बंदे बैक होंगे ना, उन्होंने मेरे लिए बहुत कुछ किया है, उन्होंने मेरे कॉन्टैक्ट बनाए ने, उन्होंने मेरे लिंक बनाए ने, उन्होंने मेरे दसे लोगों भी यार टाइगर है इदा गल, उन्होंने वो बहुत कुछ किया। उन्होंने मेरे जब अगर मुंबई से मैं गया से ना तो उन्होंने बदौलत गया से मैं, हाँ वो हरियाणा के ने गुरु जी, बहुत जबरदस्त इंसान ने। हाँ गुरु जी का नाम है मनोज सर, मैं उन्होंने हाँ जी मनोज सर ही कहना,
ਤੇ ਉਹਨਾਂ ਨੇ ਬਹੁਤ ਮੇਰੇ ਲਈ ਬਹੁਤ ਕੁਛ ਕੀਤਾ ਬਹੁਤ ਜ਼ਿਆਦਾ ਬੋਲੇ ਕਹਿੰਦਾ ਨਾ ਮੈਂ ਕੋਈ ਸਟਾਰ ਨਹੀਂ ਆ ਕੋਈ ਮੈਂ ਬਹੁਤ ਵੱਡਾ ਆਰਟਿਸਟ ਉਹਨਾਂ ਨੂੰ ਉਹ ਮੇਰੇ ਉਹਨਾਂ ਮੈਂ ਉਹਨਾਂ ਨੂੰ ਬਹੁਤ ਵੱਡਾ ਸਟਾਰ ਲੱਗਦਾ ਏਦਾਂ ਮੈਨੂੰ ਲੱਗਦਾ ਕਿ ਉਹ ਮੈਨੂੰ ਬਹੁਤ ਕੁਛ ਮੰਨਦੇ ਨੇ ਉਹ ਕਹਿੰਦਾ ਤੂੰ ਮੇਰੇ ਲਈ ਸਟਾਰ ਹੈ ਬਿਲਕੁਲ ਮੈਮ ਆਹ ਚੀਜ਼ ਤਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਉਹ ਮੇਰੇ ਲਈ ਨਾ ਗੋਡ ਬਲੈਸਿਸ ਹੈਗੇ ਨੇ ਜਿਹੜੇ ਕਮੈਂਟ ਕਰਦੇ ਨੇ ਸ਼ਾਇਦ ਮੈਨੂੰ ਇਹ ਲੱਗਦਾ ਜੇ ਉਹ ਬੰਦੇ ਨਾ ਆਉਂਦੇ ਨਾ ਤਾਂ ਮੈਂ ਇੱਥੇ ਹੀ ਨਾ ਆਉਂਦਾ ਉਹਨਾਂ ਦੇ ਜਿਹੜੇ ਕਮੈਂਟ ਹੈਗੇ ਨਾ ਉਹੀ ਮੈਨੂੰ ਪਾਵਰਫੁਲ ਕਰ ਗਏ ਉਹ ਮੇਰੇ ਲਈ ਨਾ ਇੱਕ ਕਹਿੰਦੇ ਨਾ ਐਨਰਜੀ ਬੂਸਟ ਦੇ ਲਈ ਕੰਮ ਕਰਦੇ ਨੇ ਜਦੋਂ ਕੋਈ ਮੇਰੇ ਉਲਟ ਕਮੈਂਟ ਕਰਦੇ ਆ ਜਾਂ ਕਹਿੰਦਾ ਤੇਰੇ ਨਹੀਂ ਆਉਣਾ ਜਾਂ ਕੋਈ ਮਤਲਬ ਹਜੇ ਵੀ ਇਹ ਸੋਚਦੇ ਨਾ ਬਸ ਇੰਨਾ ਹੀ ਕਰ ਸਕਦਾ ਅਤੇ ਮੈਂ ਉਹਨੂੰ ਕਹਿਣਾ ਚਾਹੁੰਦਾ ਜਿੰਨਾ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਨਾ ਉਹੀ ਮੇਰੇ ਲਈ ਨਾ ਗੋਡ ਬਲੈਸਿਸ ਬਣ ਜਾਂਦੀਆਂ ਨੇ ਅਤੇ ਮੈਂ ਉਨੇ ਹੀ ਦੋ ਕਦਮ ਅੱਗੇ ਚਲੇ ਜਾਂਦਾ ਅਤੇ ਮੈਂ ਇਹ ਕਹਿੰਦਾ ਕਦੇ ਵੀ ਕਿਸੇ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਜਿਹੜਾ ਵਕਤ ਹੈ ਨਾ ਇਹ ਕਦੇ ਵੀ ਬਦਲ ਸਕਦਾ ਹੈ ਮੈਂ ਵੇਖਿਆ ਜਿਹੜੇ ਮੇਰੇ 'ਤੇ ਹੱਸਦੇ ਸੀ ਕਮੈਂਟ ਕਰਦੇ ਸੀ ਮੈਨੇ ਕਿਹਾ ਵਾਹਿਗੁਰੂ ਉਹਨਾਂ ਦੀ ਕਿਰਪਾ ਕਰੇ ਪਰ ਅੱਜ ਉਹਨਾਂ ਸਥਿਤੀ ਮੇਰੀ ਸਥਿਤੀ ਬਹੁਤ ਫਰਕ ਹੈ ਮੁੰਬਈ ਰਹਿੰਦਾ ਸੀ ਤੇ ਭਾਜੀ ਹੋਰਾਂ ਨੇ ਆਉਣਾ ਸੀ ਲਾਰਾ ਦੱਤਾ ਮੈਮ ਨੇ ਤੇ ਸੋਨਾਕਸ਼ੀ ਮੈਮ ਕਹਿੰਦਾ ਤਿੰਨਾਂ ਨੇ ਆਉਣਾ ਸੀ ਤੇ ਉੱਥੇ ਕੋਈ ਪ੍ਰੋਗਰਾਮ ਸੀ ਤੇ ਉੱਥੇ ਮੈਨੂੰ ਪਤਾ ਲੱਗਾ ਦਲਜੀਤ ਭਾਜੀ ਆ ਰਹੇ ਨੇ ਤੇ ਮੈਂ ਸਪੈਸ਼ਲ ਉਹਨਾਂ ਨੂੰ ਮਿਲਣ ਗਿਆ ਸੀ ਮੈਨੂੰ ਦੱਸਦਾ ਸੀ ਹਾਂ ਤੇ ਭਾਜੀ ਆਉਣਗੇ ਤੇ ਮੁੰਬਈ ਤਾਂ ਜਾਣੇ ਜਾਣੇ ਸੀ ਮੈਂ ਕਿਹਾ ਦਲਜੀਤ ਭਾਜੀ ਨਾਲ ਵੀ ਮੁਲਾਕਾਤ ਹੋ ਜਾਊਗੀ ਤੇ ਉਸ ਮੈਂ ਸਪੈਸ਼ਲ ਪੰਜਾਬ ਤੋਂ ਗਿਆ ਸੀ ਉਹਨਾਂ ਨੂੰ ਮਿਲਣ ਤੇ ਬਸ ਪੂਰਾ ਪਤਾ ਚੱਲ ਗਿਆ ਸੀ ਕਿ ਭਾਜੀ ਨਾਲ ਮਿਲਣਾ ਤਾਂ ਕੁਛ ਵੀ ਹੋ ਜਾਏ ਮੈਂ ਸੁਬਾਹ ਤੋਂ ਜਾ ਕੇ ਬਹਿ ਗਿਆ ਸੀ ਉੱਥੇ ਮੈਂ ਕਿਹਾ ਭਾਜੀ ਕਦੋਂ ਆਉਣਗੇ ਭਾਜੀ ਕਦੋਂ ਆਉਣਗੇ ਜਦੋਂ ਆਏ ਤੇ ਮੈਨੂੰ ਬਲੀਵ ਨਹੀਂ ਹੋ ਰਿਹਾ ਕਿ ਭਾਜੀ ਇੰਨੇ ਅਟੈਚਮੈਂਟ ਨਾਲ ਮੇਰੇ ਕੋਲ ਆਉਣਗੇ ਤੇ ਉਹਨਾਂ ਨੇ ਮੈਨੂੰ ਹੱਗ ਕੀਤੀ ਤੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਮੈਂ ਉਹਦੇ ਸ਼ਾਇਦ ਰੋ ਰਿਹਾ ਸੀ ਬਹੁਤ ਜ਼ਿਆਦਾ ਇਮੋਸ਼ਨਲ ਸੀ ਕਹਿੰਦਾ ਬੰਦਾ ਦੁਖੀ ਹੁੰਦਾ ਨਾ ਅੰਦਰੋਂ ਟੁੱਟਿਆ ਹੁੰਦਾ ਉਹਨੂੰ ਹੀ ਪਤਾ ਹੁੰਦਾ ਉਹਦੇ 'ਤੇ ਕਿੰਨਾ ਗਮ ਹੈਗਾ ਹੈ ਨਾ ਲੋਕ ਦੂਜੇ ਵਾਰ ਪਤਾ ਨਹੀਂ ਕੀ ਗੱਲਾਂ ਬਣਾਉਂਦੇ ਮੈਨੂੰ ਪਤਾ ਸੀ ਮੈਂ ਕਿੰਨਾ ਕਿਵੇਂ ਖਿੱਚਿਆ ਖਿੱਚਿਆ ਆਇਆ ਸੀ ਮੈਨੂੰ ਪਤਾ ਕਿਵੇਂ ਪਹੁੰਚਿਆ ਸੀ ਕਿਵੇਂ ਕਰਕੇ ਕਿਵੇਂ ਪੈਸਾ ਅਰੇਂਜ ਕੀਤਾ ਸੀ ਅਤੇ ਉਦੋਂ ਮੈਂ ਰੋ ਪਿਆ ਸੀ ਅਤੇ ਬਸ ਭਾਜੀ ਨੂੰ ਮੈਂ ਉਹ ਕੋਈ ਪ੍ਰੋਮਿਸ ਨਹੀਂ ਸੀ ਭਾਜੀ ਇਹ ਮੈਂ ਕਿਹਾ ਸੀ ਕਿ ਸਰ ਮੈਂ ਐਕਟਰ ਮੋਡਲ ਬਣ ਸਕਦਾ ਅਤੇ ਬਸ ਉਹਨਾਂ ਮੈਨੂੰ ਗੋਡ ਬਲੈਸਿੰਗ ਦਿੱਤੀਆਂ ਸੀ ਹਾਂ ਦੇਖੋ ਬਹੁਤ ਸਾਰੀ ਲੋਕ ਆਪਣੇ ਆਪ ਨੂੰ ਟਾਰਗੇਟ ਕਰਦੇ ਵੀ ਇੰਨੇ ਸਾਲ ਮੈਂ ਬਣ ਗਿਆ ਤਾਂ ਠੀਕ ਹੈ ਨਹੀਂ ਤਾਂ ਮੈਂ ਜੋਬ ਲੱਗ ਜਾਊਂਗਾ ਮੈਨੂੰ ਅਜੇ ਬਹੁਤ ਸਾਰੀ ਪ੍ਰੋਬਲਮ ਪਰ ਮੈਂ ਇਸ ਲਾਈਨ ਨੂੰ ਛੱਡਿਆ ਨਹੀਂ ਐਗਜ਼ਿਟ ਨਹੀਂ ਕੀਤਾ ਇਸ ਲਾਈਨ ਨੂੰ ਕਿਉਂਕਿ ਲਾਈਨ ਨਾ ਛੱਡਣ ਵਾਸਤੇ ਨਹੀਂ ਹੁੰਦੀ ਉਹ ਕੰਮ ਹੀ ਉਹੀ ਹੈ ਜਿੰਨੇ ਲੜਾਈ ਪੂਰੀ ਲੜੀ ਹੋਵੇ ਮੈਨੂੰ ਲੱਗਦਾ ਕਿ ਮੈਂ ਚਲੋ ਕੋਈ ਫਾਈਟਰ ਤਾਂ ਨਹੀਂ ਹੈਗਾ ਪਰ ਮੈਨੂੰ ਇਹ ਲੱਗਦਾ ਜਿਹੜਾ ਯੁੱਧ ਹੁੰਦਾ ਨਾ ਉਹ ਆਖਰੀ ਤੱਕ ਜੰਗ ਲੜਦਾ ਹੈ ਜਦ ਤੱਕ ਉਹਨੂੰ ਫਤਿਹ ਹਾਸਿਲ ਨਹੀਂ ਹੋ ਜਾਂਦੀ ਅਤੇ ਮੈਂ ਮੇਰੇ ਜਿਹੜੇ ਇਹ ਮੈਂ ਕਹਿੰਦਾ ਜਿਵੇਂ ਐਕਟਰ ਹੈ ਮਾਡਲਿੰਗ ਹੈ ਫੈਸ਼ਨ ਹੈ ਇਹ ਮੇਰੇ ਲਈ ਨਾ ਇਹ ਮੇਰੇ ਉਹ ਕਹਿੰਦਾ ਨਾ ਵੈਪਨਸ ਹੈਗੇ ਨੇ ਹਥਿਆਰ ਨੇ ਮੇਰੇ ਇਹ ਮੇਰੇ ਉਹ ਹੈਗੇ ਨੇ ਇਹ ਮੇਰੇ ਸਕੂਨ ਦਿੰਦੇ ਨੇ ਅਤੇ ਮੇਰੀ ਰੱਖਿਆ ਵੀ ਕਰਦੇ ਨੇ ਲੋਕਾਂ ਦੇ ਜਿਵੇਂ ਕਮੈਂਟ ਕਰਨੇ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਇਹ ਲੋਕ ਮੈਨੂੰ ਤਾਨੇ ਮੇਰੇ ਨਾਲ ਮਾਰ ਦੇਣੇ ਸੀ ਅਤੇ ਮੈਂ ਕਦੇ ਉਹਦੀ ਸੁਸਾਈਡ ਹੀ ਕਰ ਲੈਂਦਾ ਅਤੇ ਮੈਂ ਮੇਰੇ ਐਮ ਇਹੀ ਹੈ ਕਿ ਮੈਂ ਐਜ਼ ਅ ਐਕਟਰ ਬਣਨਾ ਚਾਹੁੰਦਾ ਕਿ ਸ਼ਾਇਦ ਨਾ ਤਾਂ ਇੰਡਸਟਰੀ 'ਚ ਕੋਈ ਆਇਆ ਹੈ ਸ਼ਾਇਦ ਉਹ ਇੰਡਸਟਰੀ ਮੇਰੀ ਹੀ ਵੇਟ ਕਰ ਰਹੀ ਮੈਨੂੰ ਲੱਗਦਾ ਇਹ 10 ਸਾਲ ਹੋ ਗਏ ਚੀਜ਼ ਨੂੰ ਸੋਚਦੇ ਹੋਏ ਮੈਨੂੰ ਪਤਾ ਕਹਿਣਾ ਬਹੁਤ ਸੌਖਾ ਹੈ ਮੈਂ ਕਿਸੇ ਡਾਇਰੈਕਟਰ ਨੂੰ ਕਹਿੰਦਾ ਹਾਂ ਕਹਿੰਦਾ ਨਹੀਂ ਨਹੀਂ ਬਾਈ ਕੈਸੇ ਕਰੋਗੇ ਆਪ ਤੁਸੀਂ ਇਹ ਵਾਲਾ ਮੂਵਮੈਂਟ ਨਹੀਂ ਹੋ ਪਾਏਗਾ ਆਪਸੇ ਨਹੀਂ ਮੈਨੂੰ ਪਤਾ ਚੈਲੇਂਜ ਹੈ ਮੇਰੇ ਲਈ ਬਹੁਤ ਸਾਰੇ ਚੈਲੇਂਜ ਹੁੰਦੇ ਇੱਕ ਨੋਰਮਲ ਹੁੰਦਾ ਉਹਦੀ ਪਰਸਨੈਲਿਟੀ ਹੁੰਦੀ ਹੈ ਸਿਕਸ ਪੈਕ ਵਗੈਰਾ ਹੁੰਦੇ ਹੈ ਬਹੁਤ ਸਾਰੀ ਕੁਝ ਚੀਜ਼ਾਂ ਹੁੰਦੀਆਂ ਡਾਂਸ ਹੀ ਪ੍ਰੋਪਰ ਆਇਆ ਹੁੰਦਾ ਉਹਨੂੰ ਅਤੇ ਬਹੁਤ ਪ੍ਰੋਫੈਸ਼ਨਲ ਹੈ ਅਤੇ ਗੁਜ਼ਰਿਆ ਪਰ ਮੈਂ ਇਹ ਕਹਿੰਦਾ ਕਿ ਜੇ ਬੰਦਾ ਜਨੂਨ ਹੈਗਾ ਨਾ ਉਹ ਕੁਛ ਵੀ ਹੀ ਕਰ ਸਕਦਾ
ਤੇ ਮੈਂ ਲਾਈਨ ਨੂੰ ਨਾ ਛੱਡਿਆ ਨਹੀਂ ਤੇ ਮੇਰੇ ਆਉਣ ਵਾਲੇ ਟਾਈਮ ਤੇ ਇਹ ਹੈ ਕਿ ਜਿਹੜਾ ਮੇਰਾ ਸੁਪਨਾ ਨਾ ਮੈਂ ਉਹਨੂੰ ਪੂਰਾ ਕਰਕੇ ਹੀ ਛੱਡਾਂਗਾ ਕੁਛ ਵੀ ਹੋ ਜਾਏ ਚਾਹੇ ਮੇਰੀ 40 ਸਾਲ ਉਮਰ ਹੋ ਜਾਏ ਚਾਹੇ 50 ਸਾਲ ਹੋ ਜਾਏ ਜਦ ਤੱਕ ਮੈਂ ਉਸ ਚੀਜ਼ ਮੁਕਾਮ ਤੱਕ ਨਹੀਂ ਪਹੁੰਚਦਾ ਮੈਂ ਇਸ ਲਾਈਨ ਨੂੰ ਕਦੇ ਨਹੀਂ ਛੱਡਾਂਗਾ ਜਿਵੇਂ ਕਹਿੰਦੇ ਜਨੂਨ ਤੇ ਜਜ਼ਬਾ ਆ ਜਾਏਗਾ ਬੰਦਾ ਕਿਤੇ ਵੀ ਆਹੀ ਗੱਲ ਹੈ ਮੈਮ ਅੱਜ ਵੀ ਮੈਂ ਸਟਰਗਲ ਕਰ ਰਿਹਾ ਨਾ ਦੇਖਿਆ ਸੀ ਨਾ ਅੱਜ ਮੇਰੀ ਬਾਂਹ ਨਹੀਂ ਪੜੀ ਉਹੀ ਗੱਲ ਹੈ ਨਾ ਹਜੇ ਤੱਕ ਬਾਂਹ ਨਹੀਂ ਪੜੀ ਇਹ ਵੀ ਉਹੀ ਵਕਤ ਦੀ ਵੇਟ ਕਰ ਰਿਹਾ ਜਦੋਂ ਤੱਕ ਮੈਂ ਪੂਰਾ ਕਾਮਯਾਬ ਹੋ ਜਾਵਾਂ ਅੱਜ ਤੱਕ ਮੇਰੀ ਕਿਸੇ ਡਾਕਟਰ ਬਾਂਹ ਨਹੀਂ ਪੜੀ ਕਿਸੇ ਨੇ ਵੀ ਨਹੀਂ ਪੜੀ ਔਰ ਉਹੀ ਗੱਲ ਹੈ ਕਿ ਨਾ ਆਪਣੇ ਹੀ ਬੰਦੇ ਸਾਥ ਨਹੀਂ ਦਿੰਦੇ ਮੈਨੂੰ ਅੱਜ ਵੀ ਮੈਂ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਕਹਿੰਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਇੰਟਰਵਿਊ ਕੁਛ ਆਪਣੇ ਹੀ ਬੰਦੇ ਇਹ ਜਿਹੇ ਹੈਗੇ ਨੇ ਨਾ ਉਹ ਮੈਨੂੰ ਉੱਥੇ ਦੇਖਣਾ ਹੀ ਨਹੀਂ ਚਾਹੁੰਦੇ ਮੈਨੂੰ ਆਹ ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਕਿ ਮੇਰਾ ਇੰਟਰਵਿਊ ਮੈਮ ਲੈਣ ਕਦੋਂ ਹਾਂ ਇਹ ਚੀਜ਼ ਤਾਂ ਬਹੁਤ ਦਿਨਾਂ ਸੀ ਕੁਛ ਆਪਣੇ ਹੀ ਬੰਦੇ ਹੈਗੇ ਨੇ ਜਿਹੜੇ ਮੈਨੂੰ ਉੱਥੇ ਨਹੀਂ ਦੇਖਣਾ ਚਾਹੁੰਦੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦਾ ਕਿ ਜਿੰਨਾ ਤੁਸੀਂ ਮੈਨੂੰ ਚੈਲੇਂਜ ਕਰੋਗੇ ਨਾ ਰੱਬ ਮੈਨੂੰ ਓਨਾ ਹੀ ਉੱਤੇ ਲੈ ਕੇ ਜਾਏਗਾ ਉਹਨੇ ਮੈਨੂੰ ਉਹ ਚੀਜ਼ 'ਤੇ ਬਿਠਾਉਣਾ ਜ਼ਰੂਰ ਹੈ ਟਾਈਮ ਲੱਗੇਗਾ ਪਰ ਇਹ ਕਿ ਪਰ ਉਸ ਵਕਤ ਤੇ ਇਹ ਪਤਾ ਚੱਲ ਜਾਂਦਾ ਕਿ ਕੌਣ ਮੇਰੇ ਨਾਲ ਸੀ ਕੌਣ ਮੇਰੇ ਹੈਟਰ ਸੀਗੇ ਸੀ ਤੇ ਜਿੰਨਾ ਤੁਸੀਂ ਮੈਨੂੰ ਹੈਟ ਕਰੋਗੇ ਨਾ ਉਹ ਮੇਰੇ ਗੋਡ ਬਲੈਸ ਓਨਾ ਹੀ ਮੈਂ ਉੱਤੇ ਜਾਵਾਂ ਰੱਬ ਮੈਨੂੰ ਓਨਾ ਹੀ ਉੱਤੇ ਲੈ ਕੇ ਜਾਏਗਾ ਤੇ ਰਕਸ਼ਾ ਮੇਰੀ ਰੱਬ ਕਰਦਾ ਹੈ ਕਹਿੰਦਾ ਕਿ ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ ਨਾ ਉਹ ਹਕੀਕਤ ਹੈ ਤੇ ਕਦੇ ਵੀ ਨਾ ਮਤਲਬ ਕਿਸੇ ਨੂੰ ਨਾ ਉਹ ਨਾ ਕਰੋ ਕਿਸੇ ਨੂੰ ਦੇਖ ਕੇ ਜੱਜਮੈਂਟ ਇਹ ਨਾ ਕਰੋ ਇਹ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਬੁਰੇ ਟਾਈਮ 'ਤੇ ਸਾਥ ਦੇਣਾ ਜ਼ਰੂਰੀ ਹੁੰਦਾ ਹੈ ਚੰਗੇ ਟਾਈਮ 'ਤੇ ਤਾਂ ਕੋਈ ਵੀ ਆ ਜਾਂਦਾ ਹੈ ਇਸ ਟਾਈਮ ਮੈਨੂੰ ਮੇਰੇ ਜਿਹੜਾ ਬੁਰਾ ਵਕਤ ਚੱਲ ਰਿਹਾ ਨਾ ਜਿਹੜਾ ਕੁਛ ਵੀ ਮੈਂ ਬਹੁਤ ਜ਼ਿਆਦਾ ਸਟਰਗਲ ਕਰ ਰਿਹਾ ਉਹਦੇ 'ਚ ਆਹੀ ਹੈ ਕਿ ਜਦੋਂ ਤੱਕ ਮੇਰਾ ਚੰਗਾ ਟਾਈਮ ਨਹੀਂ ਆਉਂਦਾ ਨਾ ਉਦੋਂ ਤੱਕ ਹਜੇ ਲੋਕ ਮੈਨੂੰ ਇਹ ਚੈਲੇਂਜ ਹੀ ਕਰਦੇ ਰਹੇ ਬਾਹਰ ਦੇ ਮੁੰਡੇ ਨਾਲ ਫਰੈਂਡਸ਼ਿਪ ਕਰਦੇ ਹਾਂ ਦੋਸਤੀ ਕਰਦੇ ਹਾਂ ਪਰ ਮੈਨੂੰ ਇੱਦਾਂ ਲੱਗਦਾ ਕਿ ਮੈਂ ਡੈਡੀ ਨਾਲ ਹੀ ਦੋਸਤੀ ਕੀਤੀ ਹੈ ਸ਼ਾਇਦ ਉਹਨਾਂ ਤੋਂ ਅੱਛਾ ਬੈਸਟ ਫਰੈਂਡ ਮੈਨੂੰ ਕੋਈ ਦੁਨੀਆਂ 'ਚ ਮਿਲ ਹੀ ਨਹੀਂ ਸਕਦਾ ਪਰ ਕਹਿੰਦਾ ਨਾ ਜਿਹਨਾਂ ਕੋਲ ਡੈਡੀ ਨਹੀਂ ਹੈਗਾ ਉਹਨੂੰ ਪੁੱਛ ਕੇ ਦੇਖੋ ਕਿ ਬਾਪ ਦਾ ਸਾਇਆ ਕੀ ਹੁੰਦਾ ਮੈਨੂੰ ਮੇਰੇ ਡੈਡੀ ਨੇ ਬਹੁਤ ਸ਼ੌਂਕ ਪੂਰੇ ਕੀਤੇ ਨੇ ਉਸ ਕੰਡੀਸ਼ਨ ਦੇ ਕਿਸੇ ਨੇ ਸ਼ਾਇਦ ਲੋਕ ਨਾ ਕਮੈਂਟ ਕਰਦੇ ਕਹਿੰਦਾ ਤੂੰ ਆਪ ਤਾਂ ਮੋਚੀ ਹੈਗਾ ਹੈ ਠੀਕ ਹੈ ਬੂਟ ਪਾ ਦਾ ਕੰਮ ਕਰਦਾ ਹੈ ਤੇਰਾ ਮੁੰਡਾ ਤਾਂ ਇੰਨੇ ਸੋਹਣੇ ਸੋਹਣੇ ਕੱਪੜੇ ਪਾਉਂਦਾ ਤੇਰੇ ਮੁੰਡਾ ਆਹ ਕਰਦਾ ਲੋਕ ਬਹੁਤ ਤਰ੍ਹਾਂ ਦੇ ਕਮੈਂਟ ਕਰਦੇ ਆ ਤੁਹਾਨੂੰ ਪਤਾ ਨਾ ਲੋਕਾਂ ਦੀ ਇੱਕ ਆਦਤ ਹੁੰਦੀ ਹੈ ਕਿ ਆਪ ਕੁਛ ਕਰਨਾ ਨਹੀਂ ਤੇ ਦੂਜਿਆਂ ਨੂੰ ਹਾਂ ਤਾਣੇ ਮੇਣੇ ਮਾਰੇ ਜਾਣੇ ਨੇ ਉਹ ਮਤਲਬ ਉਹ ਚੀਜ਼ਾਂ ਦੇ ਨਾ ਮੈਂ ਬਹੁਤ ਜ਼ਿਆਦਾ ਨਾ ਉਹ ਹੋ ਚੁੱਕਿਆ ਸੀ ਬਹੁਤ ਜ਼ਿਆਦਾ ਉਹ ਪਰੇਸ਼ਾਨ ਹੋ ਚੁੱਕਿਆ ਵੀ ਹੁਣ ਤਾਂ ਕੁਛ ਕਰਨਾ ਪੈਣਾ ਤੇ ਮੇਰੇ ਡੈਡੀ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਨਾ ਕੋਈ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਮੇਰਾ ਸਾਥ ਦਿੱਤਾ ਹੈ ਕਿ ਅੱਜ ਵੀ ਤੁਸੀਂ ਜਦੋਂ ਵੀ ਕਦੇ ਆਓ ਵੇਖਿਓ ਕਿ ਰੋਡ ਦੇ ਉੱਤੇ ਬੈਠੇ ਨੇ ਕਿ ਉਹਨੂੰ ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਇੱਕ ਮੋਚੀ ਦਾ ਬੇਟਾ ਬਣਿਆ ਮਾਡਲ ਆਹ ਚੀਜ਼ ਦਾ ਮੈਂ ਹੈਸ਼ਟੈਗ ਲਾ ਕੇ ਚੱਲਣਾ
आज चीता मैं प्रूफ करके छड़ना है कि ना कि ये तो बस मन की सोच होती है कि मोची का बेटा है जो है ये कुछ नहीं होता। जो बंद जनून होना चाहिए करने की इच्छा होनी चाहिए ना, जो थोड़ी मन जी इच्छा शक्ति है ना उन्हें कहता ना भी आ करके रहना जो पक्का होगा बस बंदा ना हिम्मत ना हारे तो जो नैगेटिव लोग होंगे ना उन्होंने तो दूर रहे। मैं यही कहना जे तू कहना ना तो कोल भी थोड़े कोल आके थोड़ा ही साथ लेके तो जड़ा बढ़ते हैं। ये फेक लोगों तो यह जे सपेरे लोगों तो ना जो सप्प करते ना डंग मारते इन लोगों दूर रहना चाहिए। ये तुम देखियो ना बड़े है आस पास थोड़े आस पास भी होंगे ये सारे आस पास ये लोगों दूर रहना चाहिए। ये नैगेटिव लोग होंगे ने जो उत्ते चढ़ते हैं खिंचते हैं। हाँ जी तो मेरे पापा ने मैं बहुत साथ दिता है। मैं कहना कि ना वो मेरे लिए देवता है, मैं रब नहीं वेख्या मेले तो वो ही रब है ना जिन्हें मेरा साथ दे रहा है। रब तो मेरा वो है मेरा डैडी मैनू मैं डैडी पूछता डैडी तुम मेरे लिए इन्ना कर दो कहना ये तो मेरी ना बाबा जी ने सेवा लाई है मैं थोड़ी सेवा करता। वो जो मैं गल कहें ना हरे अखा पानी आ जाता बी मैं अजे इन्ना कमाता नहीं मेरी सेवा करता है ना। कई होंगे ना माँ प्यो जब कमा के लिया ये जॉब लगेगा जब पैसा कमाए उन्होंने मैंने एक रुपये लालच नहीं गा तुम मैं थोड़े इमोशन में कितना दसा कि तू साढ़े सामने बैठा कुछ ना कर बस साढ़े लिए इन्ना ही बहुत है इन्ना ही साढ़े लिए होगा सानू तेरे तो कोई स्टार लाइफ या तेरी लक्सरी लाइफ उन्होंने कोई लेना देना नहीं तो बस तू साढ़े सामने बैठा रहना ही बहुत है। माँ प्यो का जो ਮੁਲਾਕਾਤ ਕਰਵਾਉਂਗੀ ਕਿਸੇ ਹੋਰ ਵਧੀਆ ਆਰਟਿਸਟ ਨਾਲ। ਸਤਿ ਸ਼੍ਰੀ ਅਕਾਲ।